ਲੋ ਜੀ, ਆਪਾਂ ਪਹੁੰਚ ਆਏ ਹੁਣ ਇਹ ਹਿੰਦੂ ਬਰਾਦਰੀ ਦਾ। ਇੱਥੇ ਮੰਦਰ ਵੀ ਮੌਜੂਦ ਹੈ ਅਤੇ ਉਸ ਦੇ ਨਾਲ ਨਾਲ ਇਹ ਉਹਨਾਂ ਦਾ ਇਸ਼ਨਾਨ ਕਰਨ ਲਈ ਜਗ੍ਹਾ ਸੀ, ਜਿਹੜੀ ਕਿ ਸਤਗੁਰੇ ਸ਼ਹਿਰ ਦੇ ਵਿੱਚ ਹੀ ਅਜੇ ਤੱਕ ਮੌਜੂਦ ਹੈ। ਇਸ ਜਗ੍ਹਾ 'ਤੇ ਪਾਣੀ ਸਟੋਰ ਕਰਨ ਦੀ ਵੀ ਜਗ੍ਹਾ ਹੈ। ਇਸ ਜਗ੍ਹਾ 'ਤੇ ਨਹਾ ਦੋ ਕੇ ਮੇਰਾ ਖਿਆਲ ਹੈ ਜਾਂ ਆਪਣਾ ਜੋ ਉਹਨਾਂ ਦਾ ਤਰੀਕਾਕਾਰ ਹੁੰਦਾ ਹੈ। ਕੀ ਨਾਮ ਹੈ ਆਪਣਾ? ਮੁਹੰਮਦ ਰਸ਼ੀਦ ਹੈ। ਰਸ਼ੀਦ, ਅੱਛਾ ਰਸ਼ੀਦ ਬਾਈ, ਇਹਦੇ ਬਾਰੇ ਮੰਦਰ ਦੇ ਬਾਰੇ ਤੁਸੀਂ ਕੀ ਜਾਣਦੇ ਹੋ? ਇੱਥੇ ਇਹ ਹੁੰਦਾ ਸੀ ਜੀ ਵੀ ਜਿਹੜੇ ਹਿੰਦੂ ਹੁੰਦੇ ਸੀ ਨਾ ਉਹ ਆਦਿ ਕੁੜੀਆਂ ਨੂੰ ਲੱਡੂ ਖਵਾਉਂਦੇ ਸੀ ਬੋਥੇ, ਮਤਲਬ ਮਠਿਆਈ ਖਵਾਉਂਦੇ। ਹਾਂਜੀ, ਬੋਥ ਲੱਡੂ ਖਾ ਲੈਂਦਾ ਸੀ ਤੇ ਰਿਸ਼ਤਾ ਹੋ ਜਾਂਦਾ ਸੀ। ਬੋਥ ਲੱਡੂ ਨਹੀਂ ਖਾਂਦਾ ਸੀ ਤੇ ਰਿਸ਼ਤਾ ਨਹੀਂ ਹੁੰਦਾ ਸੀ। ਅੱਛਾ, ਜਦੋਂ ਉਹਨਾਂ ਸ਼ਾਦੀ ਕਿਤੇ ਕਰਨੀ ਹੁੰਦੀ ਸੀ ਤੇ ਉਹ ਪਹਿਲੇ ਅਗਰ ਤਾਂ ਆਪਣੇ ਇੱਥੇ ਜਿਹੜਾ ਉਹਨਾਂ ਦਾ ਭਗਵਾਨ ਜਾਂ ਜੋ ਵੀ ਕੁਛ ਹੈਗਾ ਸੀ ਉਹਨੂੰ ਪਹਿਲੇ ਉਹ ਮਠਿਆਈ ਹਾਂਜੀ ਖਿਲਾਉਂਦੇ, ਲੱਡੂ ਖਵਾਉਂਦੇ। ਹਾਂਜੀ, ਅਗਰ ਉਹ ਖਾ ਲੈਂਦਾ ਤੇ ਉਹ ਰਿਸ਼ਤਾ ਹੋ ਜਾਂਦਾ ਸੀ, ਨਹੀਂ ਖਾਂਦਾ ਸੀ ਤੇ ਨਹੀਂ ਨਹੀਂ ਹੁੰਦਾ। ਹਾਂਜੀ, ਇਹ ਤੁਸੀਂ ਮਤਲਬ ਕਿੰਨਾ ਨੇ ਤੁਹਾਨੂੰ ਇਹ ਗੱਲ? ਬਸ ਸੁਣੀ ਹੈਗੀ ਜੀ। ਅੱਛਾ, ਇੱਥੋਂ ਮੁਕਾਮੀ ਲੋਕਾਂ ਹਾਂਜੀ ਕੋਲੋਂ ਹਾਂਜੀ ਜਿਹੜੇ? ਅੱਛਾ, ਚਲੋ ਤੁਸੀਂ ਸਾਨੂੰ ਇਹ ਅੰਦਰ ਜ਼ਰਾ ਦਿਖਾ ਸਕਦੇ ਜੇ ਇਹਦਾ ਇੱਕ ਦਰਵਾਜ਼ਾ ਜਿਹੜਾ ਕਿਹੜੀ ਸਾਈਡ 'ਤੇ? ਖਰਾਬ ਹਾਲਤ ਹੋ ਚੁੱਕੀ ਹੈ ਇਹਦੀ। ਲਓ ਜੀ, ਆਪਾਂ ਹੁਣ ਮੇਨ ਬਿਲਕੁਲ ਇੰਟਰੀ ਆ ਗਏ ਹਾਂ। ਇਹਨਾਂ ਜਗ੍ਹਾ ਦੀ ਕੀ ਚੀਜ਼ ਹੁੰਦੀ ਸੀ ਕੋਈ ਤੁਹਾਨੂੰ ਪਤਾ ਹੈ? ਅੱਛਾ, ਕਾਫੀ ਅੱਛਾ। ਇਸ ਤਲਾਬ ਦੇ ਬਾਰੇ ਕੀ ਜਾਣਦੇ ਜੇ ਤੁਸੀਂ? ਇੱਥੇ ਪਾਣੀ ਜਿਹੜਾ ਹੈ ਅੱਛਾ ਬਾਰਿਸ਼ਾਂ ਦਾ ਪਾਣੀ ਖੜਾ ਹੈ ਇਹਨੂੰ। ਵੈਸੇ ਮੁਸਤਕਿਲ ਪਾਣੀ ਕਿਧਰੋਂ ਆਉਂਦਾ ਸੀ ਕੋਈ? ਜਦੋਂ ਬਾਰਿਸ਼ ਤੇਜ਼ ਹੁੰਦੀ ਹੈ ਨਾ ਜੀ। ਨਹੀਂ, ਜਿਹੜਾ ਪਾਣੀ ਇਹਦੇ ਵਿੱਚ ਖੜਾ ਹੁੰਦਾ ਰਿਹਾ ਹਾਂਜੀ, ਉਹ ਇੱਥੇ ਕਿਤੇ ਲਾਗੇ ਕੋਈ ਨਹਿਰ ਨੂਰ ਜਾਂ ਕਿਸ ਜਗ੍ਹਾ ਟੋਲ ਸੀ ਉਹ ਜਗ੍ਹਾ ਇਸ ਜਗ੍ਹਾ 'ਤੇ ਚੱਲੇ ਆਪਾਂ ਉੱਥੇ? ਅੱਛਾ, ਉਹਨਾਂ ਟਿਊਬਵੈੱਲ ਲਗਾਇਆ ਹੋਇਆ ਸੀ ਜਾਂ ਕੂਆਂ ਵਗੈਰਾ ਕੋਈ ਲਗਾਉਣਾ ਹੈ? ਨਾਲਾ ਬਣਿਆ ਸੀ ਜਿਵੇਂ ਨਾਲੀ ਨਹੀਂ ਹੁੰਦੀ ਪੱਕੀ। ਇਹ ਕੋਈ ਕਮਰਾ ਵੀ ਹੈ? ਸੀੜੀਆਂ ਨੇ, ਸੀੜੀ ਕਾਫੀ ਲੰਮੀਆਂ ਚੌੜੀਆਂ ਨੇ। ਸਾਰਾ ਵਿਊ ਆਪਾਂ ਇੱਕ ਦਫਾ ਲੈ ਲਈਏ। ਕਮਰਾ ਇਹ ਕਮਰਾ ਹੈਗਾ ਸੀ ਕੋਈ? ਥੱਲੇ ਦਰਵਾਜ਼ਾ ਵੀ ਹੈ, ਪਾਣੀ ਨੂੰ ਜਾ ਰਿਹਾ ਹੈ ਜਾਂ ਇੱਦਾਂ ਕਹਿ ਸਕਦੇ ਹਾਂ ਕਿ ਜਿਵੇਂ ਕੋਈ ਇੱਥੇ ਕੱਪੜੇ ਵਗੈਰਾ ਬਦਲਣ ਲਈ ਜਾਂ ਸ਼ਾਇਦ ਕੋਈ ਮਖਸੂਸ ਇੰਤਜ਼ਾਮਾਤ ਹੋਣਗੇ ਕੋਈ ਇਸ ਜਗ੍ਹਾ 'ਤੇ। ਇਹ ਜਗ੍ਹਾ ਕਾਫੀ ਜ਼ਿਆਦਾ ਜਗ੍ਹਾ ਹੈ ਇਹ ਤਲਾਬ ਦੀ, ਤਕਰੀਬਨ ਕੋਈ 1.5-2 ਏਕੜ ਦੇ ਵਿੱਚ ਹੋਵੇਗੀ।
ਦੂਸਰਾ ਕਿਸ ਜਗ੍ਹਾ ਤੇ ਤੁਸੀਂ ਕਹਿ ਰਹੇ ਸੀ ਪਾਣੀ ਦਾ? ਉਹ ਤੋਂ ਖਾਈ ਆ ਗਈ ਉਹ ਨਿਕਲ ਜੀ ਫਿਰਦੇ ਅੱਛਾ, ਜਿਹਾਂ ਬਣਿਆ ਸਾਡਾ ਇੱਥੇ ਇਹ ਖਾਲੀ ਸੀ, ਹਾਂਜੀ ਇਹ ਖਾਲੀ ਪਾਣੀ ਆਉਂਦਾ ਇਹ ਖਾਲੀ ਜਿਹੜੀ ਉਹ ਛੋਟੀ ਬਰਸਾਤੀ ਆ ਰਹੀ ਹੈ, ਜਿਹੜੀ ਆਪਾਂ ਨੂੰ ਪੁੱਲ ਵੀ ਸ਼ਾਇਦ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ, ਇਸ ਜਗ੍ਹਾ ਤੋਂ ਪਾਣੀ ਨਹਿਰਾਂ ਦਾ ਜਿਹੜਾ ਹੈ ਗੁਜ਼ਰਦਾ ਹੈ, ਅਤੇ ਇਹਨੂੰ ਫਿਰ ਨਹਿਰੀ ਪਾਣੀ ਦੇ ਨਾਲ ਅਟੈਚ ਕੀਤਾ ਹੋਵੇਗਾ। ਅੱਛਾ, ਹੁਣ ਆਪਣਾ ਅਗਲਾ ਸਫ਼ਰ ਕਿੱਥੋਂ ਦਾ? ਟਿੱਬਾ ਚੈੱਕ ਕਰ ਲਈਏ, ਅੱਛਾ ਅੱਛਾ ਟਿੱਬੇ ਦੀ ਕੀ ਟਿੱਕੀ ਟਿੱਬੇ ਦੀ ਕੀ ਚੀਜ਼ ਹੈ? ਉੱਥੇ ਉਹ ਜਿਹੜਾ ਬੱਠਾ ਸੀ ਨਾ ਪੁਰਾਣੇ ਜ਼ਮਾਨੇ ਦਾ, ਅੱਛਾ ਉਹ ਚੈੱਕ ਕਰ ਲਓ ਤੁਸੀਂ।